पंजाब में विधानसभा चुनाव से पहले कांग्रेस पार्टी के द्वारा एक स्लोगन तैयार किया गया था, चौंधा है पंजाब कैप्टन दी सरकार। इस स्लोगन से कैप्टन इतने चर्चित हो गए कि पंजाब में कैप्टन के नाम का डंका बजा और कांग्रेस पार्टी ने बहुमत भी हासिल किया और कैप्टन की सरकार भी बनी। और अब लोकसभा चुनाव से पहले कांग्रेस पार्टी द्वारा एक बार फिर कैप्टन के नाम से वोट मांगे जा रहे हैं। पार्टी के द्वारा एक नया स्लोगन जारी किया गया है, यह स्लोगन है सारा पंजाब कैप्टन दे नाल। अब यह देखना होगा कि इस बार कैप्टन साहब को कितना फायदा मिलता है। ਇਹਦਾ ਨਵੇਂ ਸਲੋਗਨ ਦੇ ਵਿੱਚ ਅਸੀਂ ਇੱਕ ਨਵੀਆਂ ਜਿਹੜੀਆਂ ਹੁਣ 2 ਸਾਲਾਂ ਦੇ ਵਿੱਚ ਜਿਵੇਂ ਛੋਟੇ ਕਿਸਾਨਾਂ ਦੇ ਵੱਡੇ ਕਿਸਾਨਾਂ ਦੇ ਜਿਹੜੇ ਲੋਨ ਵਗੈਰਾ ਰਹਿੰਦੇ ਸੀਗੇ ਉਹਨਾਂ ਨੂੰ ਪਾਰਟ ਦੇ ਵਿੱਚ ਲੈ ਕੇ ਜਿਹੜਾ ਉਹਨਾਂ ਦੇ ਕਰਜ਼ੇ ਸੀ ਜਿਵੇਂ ਕਰਜ਼ਿਆਂ ਨੂੰ ਮਾਫੀਨਾਮੇ ਦੇ ਵਿੱਚ ਲੈ ਕੇ ਜਾਂਦਾ ਵਾ ਉਹਦੇ ਹਿਸਾਬ ਨਾਲ ਜਿਵੇਂ ਜਨਤਾ ਨੂੰ ਜੋ 2 ਸਾਲਾਂ ਦੇ ਵਿੱਚ ਕੰਮ ਕੀਤੇ ਪੰਜਾਬ ਸਰਕਾਰ ਨੇ ਕੈਪਟਨ ਸਾਹਿਬ ਦੇ ਹੁਕਮਾਂ ਅਨੁਸਾਰ ਤਾਂ ਫਿਰ ਉਦੋਂ ਬਾਅਦ ਲੋਕਾਂ ਦੀ ਇੱਕ ਪਕਾਰ ਬਣੀ ਜਿਹੜੀ ਕਿ ਉਹ ਪਕਾਰ ਉਹਨਾਂ ਨੇ ਬਣਾ ਕੇ ਹੁਣ ਸਾਡੇ ਸਾਹਮਣੇ ਲੈ ਕੇ ਆਉਂਦੀ ਹੈ ਜਿਹੜਾ ਕਹਿੰਦੇ ਕਿ ਸਾਰਾ ਪੰਜਾਬ ਕੈਪਟਨ ਦੇ ਨਾਲ ਉਹ ਲੋਕਾਂ ਦੀ ਇੱਕ ਆਵਾਜ਼ ਆ ਉਹ ਆਵਾਜ਼ ਦੇ ਨਾਲ ਹੀ ਜਿਹੜਾ ਲੋਗਨ ਜਿਹੜਾ ਨਵੇਂ ਅੱਜ ਲਾਂਚ ਕਰਿਆ ਵਾ ਇਹ ਜਿਹੜੀ ਸਰਕਾਰ ਆਉਣ ਤੋਂ ਪਹਿਲਾਂ ਸੀਗਾ ਉਹ ਪਹਿਲਾਂ ਸਰਕਾਰ ਆਉਣ ਤੋਂ ਜਦੋਂ ਅੱਜ ਜਦੋਂ 2 ਸਾਲ ਦੇ ਵਿੱਚ ਸਰਕਾਰ ਨੇ ਆਪਦੇ ਕੰਮ ਸਾਰੇ ਕੀਤੇ ਕੰਮ ਕਰਨ ਦੇ ਉਪਰੰਤ ਫਿਰ ਲੋਕਾਂ ਦੀ ਇੱਕ ਆਵਾਜ਼ ਬਣੀ ਜਿਹੜੀ ਕਿ ਉਹ ਲੋਕਾਂ ਨੇ ਹੀ ਆਵਾਜ਼ ਆਪਦੀ ਬੁਲੰਦ ਕੀਤੀ ਆ ਬਈ ਸਾਰਾ ਪੰਜਾਬ ਕੈਪਟਨ ਦੇ ਨਾਲ ਐਕਚੁਅਲੀ ਜਿਹੜੇ ਕਰਜ਼ੇ ਮਾਫੀ ਦੀ ਆਪਾਂ ਗੱਲ ਕਰਦੇ ਹਾਂ ਨਾ ਕਰਜ਼ੇ ਮਾਫੀ ਜਿਵੇਂ ਹੁਣ ਜਿਹੜੀਆਂ ਸਰਕਾਰਾਂ ਜਿੰਨੀਆਂ ਵੀ ਇਹ ਯਤਨਾਂ ਦੇ ਸਦਕਾ ਕੈਪਟਨ ਸਾਹਿਬ ਦੇ 2 ਸਾਲਾਂ ਦੇ ਵਿੱਚ ਜਿੰਨੇ ਵੀ ਕਰਜ਼ੇ ਮਾਫ਼ ਹੋਏ ਨੇ ਉਹ ਉਸ ਹਿਸਾਬ ਨਾਲ ਹੀ ਪਾਰਟ ਰਾਹੀਂ ਮਾਫ਼ ਕੀਤੇ ਨੇ ਜਿਹੜੇ ਬਾਕੀ ਬਚਦੇ ਕਰਜ਼ੇ ਨੇ ਆ ਅਗਲੇ ਸਾਲ ਆ ਹੁਣ MP ਦੀ ਇਲੈਕਸ਼ਨ ਤੋਂ ਬਾਅਦ ਸਾਰੇ ਉਹਨਾਂ ਦੀ ਵੀ ਸਾਰਾ ਬਣ ਰਿਹਾ ਵਾ ਡਾਟਾ ਉਹ ਤਿਆਰ ਕਰਨ ਤੋਂ ਬਾਅਦ ਕਰ ਦੇਣਗੇ।